ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਿੱਖਿਆ ਵਿਭਾਗ ਦੇ ਵੱਲੋਂ ਸਕੂਲ ਮੁਖੀਆਂ ਨੂੰ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਆ ਜਿਹੜੇ ਦਿੱਤੇ ਗਏ ਐ ਨਿਰਦੇਸ਼ ਐ ਜਿਹੜੇ ਉਹ ਜਾਰੀ ਹੋ ਚੁੱਕੇ ਸੋ ਕਿਸ ਕੰਮ ਲਈ ਇਹ ਵੀਡੀਓਗ੍ਰਾਫੀ ਦੇ ਨਿਰਦੇਸ਼ ਦਿੱਤੇ ਗਏ ਐ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ डीजीएससी ਵੱਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਇਸ ਪੱਤਰਾਂ ਹੀ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਰਾਜ ਦੇ ਵਿੱਚ ਤੇਜ਼ ਮੀਂਹ ਕਾਰਨ ਵੱਖ-ਵੱਖ ਇਲਾਕਿਆਂ 'ਚ ਪਾਣੀ ਹੈ ਜਿਹੜਾ ਭਰਿਆ ਹੈ ਤੇ ਬਹੁਤ ਸਾਰੇ ਇਲਾਕਿਆਂ 'ਚ ਹੜਾ ਵਰਗੇ ਹਾਲਾਤ ਹੈ ਜਿਹੜੇ ਬਣ ਗਏ ਹਨ ਕਈ ਥਾਈਂ ਪਾਣੀ ਘਰਾਂ ਦੇ ਨਾਲ-ਨਾਲ ਸਕੂਲਾਂ ਦੀਆਂ ਇਮਾਰਤਾਂ 'ਚ ਵੀ ਭਰ ਗਿਆ ਨਤੀਜੇ ਵਜੋਂ ਪੀਐਮ ਪੋਸ਼ਣ ਸਕੀਮ ਅਧੀਨ ਸਕੂਲਾਂ 'ਚ ਮਿਡਡੇ ਮੀਲ ਤਿਆਰ ਕਰਨ ਹਿੱਤ ਰੱਖਿਆ ਗਿਆ ਅਨਾਜ ਅਤੇ ਸਾਜੋ-ਸਮਾਨ ਖਰਾਬ ਹੋਣ ਦੀ ਸੁਭਾਵਨਾ ਹੈ ਸਿੱਖਿਆ ਬਾਗਬਨ ਸਕੂਲ ਮੁਖੇ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਮਿਡਡੇ ਡੇ ਮੀਲ ਦੇਣ ਹਿੱਤ ਮੀ ਕਾਰਨ ਖਰਾਬ ਹੋਏ ਕਿਸੇ ਵੀ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ ਫਿਲਹਾਲ ਆਪਣੇ ਪੱਧਰ ਤੇ ਉਪਰਾਲੇ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਰਫ ਸਾਫ ਸੁਥਰਾ ਤੇ ਪੋਸਟਿਕ ਭੋਜਨ ਸਾਫ ਸੁਥਰੀ ਥਾਂ ਤੇ ਬਿਠਾ ਕੇ ਖਾਣਾ ਖਵਾਉਣਾ ਜਕੀਨੀ ਬਣਾਉਣ ਲਈ ਕਿਹਾ ਗਿਆ ਜਿੱਥੋਂ ਤੱਕ ਕਿ ਪਾਣੀ ਨਾਲ ਹੋਏ ਨੁਕਸਾਨ ਦਾ ਸਬੰਧ ਹੈ ਉਸ ਸੰਬੰਧੀ ਐਸਐਮਸੀ ਵੱਲੋਂ ਸਬੰਧਤ ਸਕੂਲ ਦੀ ਵੇਰਵੇ ਸਹਿਤ ਮੁਕੰਮਲ ਰਿਪੋਰਟ ਤਿਆਰ ਕਰਕੇ ਬਲਾਕ ਦਫ਼ਤਰ ਤੇ ਮੰਗਵਾਈ ਜਾਵੇ ਅਤੇ ਬਲਾਕ ਦਫ਼ਤਰ ਰਾਹੀਂ ਏਅਰਪੋਰਟਾ ਮੰਗਵਾ ਕੇ ਜ਼ਿਲ੍ਹਾ ਪੱਧਰ ਤੇ ਸਕਲਤ ਕਰਦੇ ਹੋਏ ਇੱਕ ਮੋਸਟ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ ਤਾਂ ਕਿ ਨੁਕਸਾਨੇ ਗਏ ਅਨਾਜ ਜਾਂ ਫਿਰ ਹੋਰ ਸਾਜੋ ਸਮਾਨ ਦੀ ਪਰਪਾਈ ਹਿੱਤ ਉਪਰਾਲੇ ਜਿਹੜੇ ਕੀਤੇ ਜਾ ਸਕਣ ਮੀਂਹ ਦੇ ਪਾਣੀ ਕਾਰਨ ਖਰਾਬ ਹੋਏ ਅਨਾਜ ਸਮੇਤ ਹੋਰ ਆ ਸਮਾਨ ਦੀ ਵੀਡੀਓਗ੍ਰਾਫੀ ਰਾਹੀਂ ਨਾ ਵਰਤਨਯੋਗ ਅਨਾਜ ਨੂੰ ਐਸਐਮਸੀ ਸਕੂਲ ਮੁਖੀ ਦੀ ਨਿਗਰਾਨੀ ਹੇਠ ਮਤਾ ਪਾ ਕੇ ਖਤਮੜਾ ਕੀਤਾ ਜਾਵੇਗਾ ਤਾਂ ਜੋ ਖਰਾਬ ਹੋਏ ਸਮਾਨ ਦੀ ਮੁੜ ਵਰਤੋਂ ਨਾ ਹੋ ਸਕੇ ਤੇ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਸਮੇਂ-ਸਮੇਂ ਤੇ ਸਿਹਤ ਵਿਭਾਗ ਵੱਲੋਂ ਸਕੂਲ ਚ ਚੈਕਿੰਗ ਕੀਤੀ ਜਾਵੇਗੀ ਕਿਉਂਕਿ ਜ਼ਿਆਦਾਤਰ ਥਾਵਾਂ ਤੇ ਸਕੂਲਾਂ ਚ ਪਾਣੀ ਖੜ੍ਹ ਜਾਣ ਕਾਰਨ ਮੱਛਰ ਪੈਦਾ ਹੋਣ ਦਾ ਖਤਰਾ ਜਿਹੜਾ ਬਣਿਆ ਹੋਇਆ ਹੈ ਪਾਣੀ ਦੀਆਂ ਟੈਂਕੀਆਂ ਆਦਿ ਦੀ ਸਫਾਈ ਅਤੇ ਮੀਡਡੇ ਮੀਲ ਤਿਆਰ ਕਰਨ ਵਾਲੀ ਕਿਚਨ ਚ ਸਾਫ ਸਵਾਈ ਦਾ ਧਿਆਨ ਰੱਖਿਆ ਜਾਵੇਗਾ ਤੇ ਵਿਦਿਆਰਥੀ ਨੂੰ ਸਾਫ ਸੁਥਰਾ ਅਤੇ ਪੋਸਟਿਕ ਮੀਡਡੇ ਮੀਲ ਭੋਜਨ ਹੈ ਜਿਹੜਾ ਦਿੱਤਾ ਜਾਵੇਗਾ ਤੇ ਹਦਾਇਤਾਂ ਜਿਹੜੀਆਂ ਸਿੱਖਿਆ ਭਾਗ ਦੇ ਵੱਲੋਂ ਸਕੂਲ ਮੁਖੀਆਂ ਨੂੰ ਜਾਰੀ ਹੋਈਆਂ ਨੇ ਸੁਬਾ ਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ